ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅੱਜ ਮੈਂ ਤੁਹਾਨੂੰ ਬਣਾਉਣਾ ਦੱਸੂੰਗੀ ਇਹ ਵਾਲਾ ਡਿਜ਼ਾਇਨ। ਇਸ ਡਿਜ਼ਾਇਨ ਨੂੰ ਬਣਾਉਣ ਦੇ ਲਈ ਸਿਲਾਈ ਉੱਪਰ ਦੋ ਦੋ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਲੈ ਕੇ ਅਤੇ ਇੱਕ ਕੁੰਡਾ ਵੱਧ ਲੈਣਾ ਹੈ। ਚਲੋ ਜੀ ਸ਼ੁਰੂ ਕਰਦੇ ਹਾਂ ਆਪਾਂ ਇਹ ਡਿਜ਼ਾਇਨ ਬਣਾਉਣਾ। ਪਹਿਲੀ ਸਿਲਾਈ ਸਿੱਧੀ ਸੈਡ, ਪਹਿਲਾ ਕੁੰਡਾ ਬੁਣੋ ਚਾਹੇ ਬਿਨ ਬੁਣਿਆ ਉਤਾਰੋ, ਇਹ ਤੁਹਾਡੀ ਆਪਣੀ ਮਰਜ਼ੀ ਹੈ, ਪਰ ਮੈਂ ਇਸਨੂੰ ਉਲਟਾ ਬਣੂੰਗੀ। ਇਸ ਤੋਂ ਆਪਣਾ ਡਿਜ਼ਾਇਨ ਸ਼ੁਰੂ ਹੋਊਗਾ। ਇੱਕ ਕੁੰਡਾ ਉਲਟਾ, ਧਾਗਾ ਦੂਸਰੀ ਸਾਈਡ, ਦੋ ਕੁੰਡੇ ਸਿੱਧੇ ਬੁਣਨੇ ਨੇ। ਪਹਿਲਾ ਕੁੰਡਾ ਤਾਂ ਜਿਵੇਂ ਆਪਾਂ ਨੋਰਮਲ ਸਿੱਧਾ ਕੁੰਡਾ ਬੁਣਦੇ ਹਾਂ ਇਸ ਤਰ੍ਹਾਂ, ਦੂਸਰਾ ਸਿੱਧਾ ਕੁੰਡਾ ਬੁਣਨਾ ਜਿਹੜਾ ਇਸ ਤਰ੍ਹਾਂ ਨਹੀਂ ਬੁਣਨਾ, ਇਸ ਤਰ੍ਹਾਂ ਬੁਣਨਾ ਬੈਕ ਸਾਈਡ ਤੋਂ। ਇਹ ਤਿੰਨ ਕੁੰਡਿਆਂ ਨੂੰ ਵਾਰ ਵਾਰ ਰਿਪੀਟ ਕਰਦੇ ਜਾਣਾ। ਧਾਗਾ ਆਪਣੀ ਸਾਈਡ, ਇੱਕ ਕੁੰਡਾ ਉਲਟਾ, ਧਾਗਾ ਦੂਸਰੀ ਸਾਈਡ, ਇੱਕ ਕੁੰਡਾ ਸਿੱਧਾ, ਦੂਸਰਾ ਕੁੰਡਾ ਸਿੱਧਾ ਬੁਣਾਂਗੇ ਪਰ ਬੈਕ ਸਾਈਡ ਤੋਂ। ਧਾਗਾ ਆਪਣੀ ਸਾਈਡ, ਇੱਕ ਕੁੰਡਾ ਉਲਟਾ, ਧਾਗਾ ਦੂਸਰੀ ਸਾਈਡ, ਇੱਕ ਕੁੰਡਾ ਸਿੱਧਾ, ਦੂਸਰਾ ਕੁੰਡਾ ਸਿੱਧਾ ਬੁਣਾਂਗੇ ਪਰ ਬੈਕ ਸਾਈਡ ਤੋਂ। ਧਾਗਾ ਆਪਣੀ ਸਾਈਡ, ਇੱਕ ਕੁੰਡਾ ਉਲਟਾ, ਧਾਗਾ ਦੂਸਰੀ ਸਾਈਡ, ਇੱਕ ਕੁੰਡਾ ਸਿੱਧਾ, ਦੂਸਰਾ ਕੁੰਡਾ ਸਿੱਧਾ ਬੁਣਾਂਗੇ ਪਰ ਬੈਕ ਸਾਈਡ ਤੋਂ। ਧਾਗਾ ਆਪਣੀ ਸਾਈਡ, ਇੱਕ ਕੁੰਡਾ ਉਲਟਾ, ਧਾਗਾ ਦੂਸਰੀ ਸਾਈਡ, ਇੱਕ ਕੁੰਡਾ ਸਿੱਧਾ, ਦੂਸਰਾ ਕੁੰਡਾ ਬੈਕ ਸਾਈਡ ਤੋਂ ਸਿੱਧਾ ਬੁਣਾਂਗੇ। ਧਾਗਾ ਆਪਣੀ ਸਾਈਡ, ਇੱਕ ਕੁੰਡਾ ਉਲਟਾ, ਧਾਗਾ ਦੂਸਰੀ ਸਾਈਡ, ਇੱਕ ਕੁੰਡਾ ਸਿੱਧਾ, ਦੂਸਰਾ ਕੁੰਡਾ ਬੈਕ ਸਾਈਡ ਤੋਂ ਸਿੱਧਾ ਬੁਣਾਂਗੇ। ਧਾਗਾ ਆਪਣੀ ਸਾਈਡ, ਇੱਕ ਕੁੰਡਾ ਉਲਟਾ, ਧਾਗਾ ਦੂਸਰੀ ਸਾਈਡ, ਇੱਕ ਕੁੰਡਾ ਸਿੱਧਾ, ਦੂਸਰਾ ਸਿੱਧਾ ਕੁੰਡਾ ਬੈਕ ਸਾਈਡ ਤੋਂ ਬੁਣਾਂਗੇ। ਲਾਸਟ ਦੇ ਦੋ ਕੁੰਡੇ ਉਲਟੇ। ਦੂਸਰੀ ਸਿਲਾਈ ਉਲਟੀ ਸਾਈਡ, ਪਹਿਲਾ ਕੁੰਡਾ ਉਲਟਾ, ਜਿਹੜਾ ਕੁੰਡਾ ਇੱਧਰੋਂ ਉਲਟਾ ਬੁਣਿਆ ਸੀ ਉਸਨੂੰ ਬੈਕ ਸਾਈਡ ਤੋਂ ਸਿੱਧਾ ਬੁਣਾਂਗੇ। ਧਾਗਾ ਆਪਣੀ ਸਾਈਡ, ਜਿਹੜੇ ਦੋ ਕੁੰਡੇ ਸਿੱਧੇ ਬੁਣੇ ਸੀ ਇਹਨਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ ਇਸ ਤਰ੍ਹਾਂ। ਪਹਿਲੇ ਕੁੰਡੇ ਨੂੰ ਉਤਾਰ ਕੇ ਜਿਹੜਾ ਦੂਸਰਾ ਕੁੰਡਾ ਇਹ ਵਾਲਾ ਇਹਨੂੰ ਦੁਬਾਰਾ ਬੁਣਾਂਗੇ। ਚਾਹੇ ਤੁਸੀਂ ਇਸ ਤਰ੍ਹਾਂ ਚੱਕ ਕੇ ਬੁਣ ਸਕਦੇ ਹੋ, ਨਹੀਂ ਤੁਸੀਂ ਸਿਲਾਈ ਦੇ ਉੱਪਰੋਂ ਹੀ ਪਹਿਲੇ ਕੁੰਡੇ ਨੂੰ ਉਤਾਰ ਦਿਓ। ਧਾਗਾ ਦੂਸਰੀ ਸਾਈਡ, ਇੱਕ ਕੁੰਡਾ ਸਿੱਧਾ, ਧਾਗਾ ਆਪਣੀ ਸਾਈਡ, ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ। ਦੇਖੋ ਇਹ ਪਹਿਲਾ ਵਾਲਾ ਕੁੰਡਾ ਇਸ ਤਰ੍ਹਾਂ ਸਿਲਾਈ 'ਚ ਉਤਾਰ ਦਾਂਗੇ, ਇਹ ਦੂਸਰੇ ਕੁੰਡੇ ਨੂੰ ਦੁਬਾਰਾ ਬੁਣਾਂਗੇ। ਵਾਪਸ ਆਪਣੇ ਕੋਲ ਦੋ ਕੁੰਡੇ ਬਣ ਗਏ। ਧਾਗਾ ਦੂਸਰੀ ਸਾਈਡ, ਇੱਕ ਕੁੰਡਾ ਸਿੱਧਾ, ਧਾਗਾ ਆਪਣੀ ਸਾਈਡ, ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ। ਪਹਿਲੇ ਕੁੰਡੇ ਨੂੰ ਸਿਲਾਈ 'ਚ ਉਤਾਰ ਦਾਂਗੇ ਅਤੇ ਦੂਸਰੇ ਕੁੰਡੇ ਨੂੰ ਦੁਬਾਰਾ ਬੁਣਾਂਗੇ। ਧਾਗਾ ਦੂਸਰੀ ਸਾਈਡ, ਇੱਕ ਕੁੰਡਾ ਸਿੱਧਾ, ਧਾਗਾ ਆਪਣੀ ਸਾਈਡ, ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ। ਪਹਿਲੇ ਕੁੰਡੇ ਨੂੰ ਸਿਲਾਈ 'ਚ ਉਤਾਰ ਦਾਂਗੇ, ਦੂਸਰੇ ਕੁੰਡੇ ਨੂੰ ਦੁਬਾਰਾ ਬੁਣਾਂਗੇ। ਧਾਗਾ ਦੂਸਰੀ ਸਾਈਡ, ਇੱਕ ਕੁੰਡਾ ਸਿੱਧਾ, ਧਾਗਾ ਆਪਣੀ ਸਾਈਡ, ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ। ਪਹਿਲੇ ਕੁੰਡੇ ਨੂੰ ਸਿਲਾਈ 'ਚ ਉਤਾਰ ਦਾਂਗੇ, ਦੂਸਰੇ ਕੁੰਡੇ ਨੂੰ ਦੁਬਾਰਾ ਬੁਣਾਂਗੇ। ਧਾਗਾ ਦੂਸਰੀ ਸਾਈਡ, ਇੱਕ ਕੁੰਡਾ ਸਿੱਧਾ, ਧਾਗਾ ਆਪਣੀ ਸਾਈਡ, ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ। ਪਹਿਲੇ ਕੁੰਡੇ ਨੂੰ ਸਿਲਾਈ 'ਚ ਉਤਾਰ ਦਾਂਗੇ, ਦੂਸਰੇ ਕੁੰਡੇ ਨੂੰ ਦੁਬਾਰਾ ਬੁਣਾਂਗੇ। ਧਾਗਾ ਦੂਸਰੀ ਸਾਈਡ, ਇੱਕ ਕੁੰਡਾ ਸਿੱਧਾ, ਧਾਗਾ ਆਪਣੀ ਸਾਈਡ, ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ। ਪਹਿਲੇ ਕੁੰਡੇ ਨੂੰ ਸਿਲਾਈ 'ਚੋਂ ਉਤਾਰ ਦਾਂਗੇ ਅਤੇ ਦੂਸਰੇ ਕੁੰਡੇ ਨੂੰ ਦੁਬਾਰਾ ਬੁਣਾਂਗੇ। ਧਾਗਾ ਦੂਸਰੀ ਸਾਈਡ, ਇੱਕ ਕੁੰਡਾ ਸਿੱਧਾ ਅਤੇ ਲਾਸਟ ਦਾ ਕੁੰਡਾ ਉਲਟਾ। ਇਹ ਦੋ ਸਿਲਾਈਆਂ ਦੇ ਵਿੱਚ ਆਪਣਾ ਡਿਜ਼ਾਇਨ ਬਣ ਕੇ ਕੰਪਲੀਟ ਹੈ। ਇਹ ਦੇਖੋ ਇਸ ਦੀ ਸਿੱਧੀ ਸਾਈਡ, ਇਹ ਵਾਲੀ ਇਸ ਦੀ ਉਲਟੀ ਸਾਈਡ। ਇਹਨਾਂ ਦੋ ਸਿਲਾਈਆਂ ਨੂੰ ਵਾਰ ਵਾਰ ਰਿਪੀਟ ਕਰਦੇ ਜਾਓ ਅਤੇ ਇੱਕ ਸ਼ਾਨਦਾਰ ਡਿਜ਼ਾਇਨ ਤਿਆਰ ਕਰਦੇ ਜਾਓ। ਵੀਡੀਓ ਨੂੰ ਲਾਈਕ ਸ਼ੇਅਰ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ। ਥੈਂਕ ਯੂ।